ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ, ਸ਼ੂਗਰ ਦੀ ਸਮੱਸਿਆ ਨੂੰ ਤੁਰੰਤ ਕੰਟਰੋਲ ਕਰਨ ਅਤੇ ਪੂਰੀ ਤਰ੍ਹਾਂ ਠੀਕ ਕਰਨ ਲਈ ਐਲੋਵੀਰਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸ਼ੂਗਰ ਦੀ ਘਰੇਲੂ ਦਵਾਈ ਬਣਾਉਣ ਲਈ ਐਲੋਵੀਰਾ ਦਾ ਅੰਦਰਲਾ ਗੁੱਦਾ ਜੈੱਲ ਕੰਮ ਵਿੱਚ ਲੈਣਾ ਹੈ। ਐਲੋਵੀਰਾ ਅੱਜ ਕੱਲ੍ਹ ਸਬਜ਼ੀਆਂ ਤੇ ਜੂਸ ਦੀਆਂ ਦੁਕਾਨਾਂ ਤੇ ਆਮ ਮਿਲ ਜਾਂਦਾ ਹੈ। ਐਲੋਵੀਰਾ ਦਾ ਜੈੱਲ ਕੱਢਣ ਲਈ ਐਲੋਵੀਰਾ ਦਾ ਇੱਕ ਛੋਟਾ ਜਿਹਾ ਟੁਕੜਾ ਕੱਟ ਲੈਣਾ ਹੈ। ਇਸ ਟੁਕੜੇ ਦੇ ਦੋਨਾਂ ਹਿੱਸਿਆਂ ਤੇ ਛੋਟੇ ਛੋਟੇ ਕੰਡਿਆਂ ਨੂੰ ਚਾਕੂ ਨਾਲ ਕੱਟ ਲੈਣਾ ਹੈ। ਫਿਰ ਇੱਕ ਪਾਸਿਓਂ ਚਾਕੂ ਨਾਲ ਹੀ ਐਲੋਵੀਰਾ ਛਿੱਲ ਲੈਣਾ ਹੈ। ਫਿਰ ਤੁਹਾਨੂੰ ਐਲੋਵੀਰਾ ਜੈੱਲ ਦਿਖਾਈ ਦੇਣ ਲੱਗੇਗਾ। ਇਸ ਜੈੱਲ ਨੂੰ ਤੁਸੀਂ ਚਮਚ ਦੀ ਮਦਦ ਨਾਲ ਬਾਹਰ ਕੱਢ ਲੈਣਾ ਹੈ। ਤੁਸੀਂ ਇਸ ਕੱਢੀ ਹੋਈ ਐਲੋਵੀਰਾ ਜੈੱਲ ਨੂੰ ਸਟੋਰ ਕਰਕੇ 2 ਤੋਂ 3 ਦਿਨਾਂ ਤੱਕ ਰੱਖ ਸਕਦੇ ਹੋ। ਤੁਸੀਂ ਸ਼ੂਗਰ ਲਈ ਦੇਸੀ ਨੁਸਖਾ ਬਣਾਉਣ ਲਈ 1 ਚਮਚ ਐਲੋਵੀਰਾ ਜੈੱਲ ਲੈ ਕੇ ਖਾਲੀ ਕੋਲੀ ਵਿੱਚ ਪਾਉਣੀ ਹੈ। ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਤੇਜ ਪੱਤਾ। ਤੇਜ ਪੱਤਾ ਗਰਮ ਮਸਾਲੇ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਬੜੀ ਆਸਾਨੀ ਨਾਲ ਕਰਿਆਨੇ ਦੀਆਂ ਦੁਕਾਨਾਂ ਤੋਂ ਮਿਲ ਜਾਂਦਾ ਹੈ। ਤੇਜ ਪੱਤਾ ਸਰੀਰ ਅੰਦਰ ਸ਼ੂਗਰ ਦੇ ਲੈਵਲ ਦੇ ਨਾਲ ਨਾਲ ਇਨਸੂਲਿਨ ਦੇ ਲੈਵਲ, ਕੋਲੈਸਟ੍ਰੋਲ ਦੇ ਲੈਵਲ ਨੂੰ ਵੀ ਕੰਟਰੋਲ ਕਰਦਾ ਹੈ। 1 ਤੋਂ 2 ਤੇਜ ਪੱਤਿਆਂ ਨੂੰ ਪੀਸ ਕੇ ਤੁਸੀਂ ਪਾਊਡਰ ਬਣਾ ਕੇ ਰੱਖ ਲੈਣਾ ਹੈ। ਦੋਸਤੋ, ਹੁਣ ਤੁਸੀਂ ਤੇਜ ਪੱਤੇ ਦੇ ਪਾਊਡਰ ਦਾ 1/4 ਚਮਚ ਲੈ ਕੇ ਐਲੋਵੀਰਾ ਦੇ ਜੈੱਲ ਵਿੱਚ ਮਿਲਾ ਦੇਣਾ ਹੈ। ਦੋਸਤੋ, ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਹਲਦੀ। ਹਲਦੀ ਲੀਵਰ ਦੇ ਗਲੂਕੋਜ਼ ਬਣਾਉਣ ਦੀ ਕਿਰਿਆ ਨੂੰ ਠੀਕ ਕਰਦੀ ਹੈ। ਇਸ ਨਾਲ 1 ਦਮ ਤੋਂ ਜ਼ਿਆਦਾ ਸ਼ੂਗਰ ਖੂਨ ਅੰਦਰ ਨਹੀਂ ਆਉਂਦੀ ਤੇ ਸ਼ੂਗਰ ਤੇਜ਼ੀ ਨਾਲ ਠੀਕ ਹੋਣ ਲੱਗਦੀ ਹੈ। ਦੋਸਤੋ, ਤੁਸੀਂ ਹਲਦੀ ਪਾਊਡਰ ਦਾ ਵੀ 1/4 ਚਮਚ ਲੈ ਕੇ ਐਲੋਵੀਰਾ ਤੇ ਤੇਜ ਪੱਤੇ ਨਾਲ ਮਿਲਾ ਦੇਣਾ ਹੈ। ਸ਼ੂਗਰ ਦੀ ਦਵਾਈ ਨੂੰ ਕੰਟਰੋਲ ਕਰਨ ਲਈ 1 ਸਮੇਂ ਦੀ ਖੁਰਾਕ ਬਣ ਕੇ ਤਿਆਰ ਹੋ ਜਾਵੇਗੀ, ਜੋ ਕਿ ਅੱਜ ਦਾ ਸਾਡਾ ਘਰੇਲੂ ਨੁਸਖਾ ਹੈ। ਦੋਸਤੋ, ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ। ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਫਰੈਸ਼ ਹੋ ਕੇ ਇਸ ਨੁਸਖੇ ਦਾ ਸੇਵਨ ਕਰਨਾ ਹੈ ਤੇ 1 ਵਾਰ ਸ਼ਾਮ ਦੇ ਸਮੇਂ ਇਸ ਨੁਸਖੇ ਦਾ ਸੇਵਨ ਕਰਨਾ ਹੈ। ਸ਼ੂਗਰ ਦੀ ਸਮੱਸਿਆ ਲਈ ਤੁਸੀਂ ਇਸ ਨੁਸਖੇ ਦਾ 1 ਦਿਨ ਵਿੱਚ 2 ਵਾਰ ਇਸਤੇਮਾਲ ਕਰਨਾ ਹੈ। ਇਸ ਨੁਸਖੇ ਨੂੰ ਲੈਂਦੇ ਸਾਰ ਹੀ ਖੂਨ ਅੰਦਰ ਸ਼ੂਗਰ ਦੀ ਮਾਤਰਾ ਤੁਰੰਤ ਕੰਟਰੋਲ ਹੋਣ ਲੱਗਦੀ ਹੈ, ਪਾਚਨ ਕਿਰਿਆ ਠੀਕ ਹੋਣ ਲੱਗਦੀ ਹੈ, ਇਨਸੂਲਿਨ ਬਣਨ ਅਤੇ ਇਨਸੂਲਿਨ ਦਾ ਸਰੀਰ ਅੰਦਰ ਸਹੀ ਮਾਤਰਾ ਵਿੱਚ ਬਣਨ ਦੀ ਕਿਰਿਆ ਵੀ ਠੀਕ ਹੋਣ ਲੱਗਦੀ ਹੈ। 2 ਤੋਂ 3 ਹਫ਼ਤੇ ਇਸ ਨੁਸਖੇ ਦਾ ਲਗਾਤਾਰ ਸੇਵਨ ਕਰਨ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਨਾ ਦੇ ਬਰਾਬਰ ਰਹਿ ਜਾਂਦੀ ਹੈ। ਤੁਸੀਂ ਇਸ ਨੁਸਖੇ ਦਾ ਉਦੋਂ ਤੱਕ ਸੇਵਨ ਕਰ ਸਕਦੇ ਹੋ ਜਦੋਂ ਤੱਕ ਸ਼ੂਗਰ ਪੂਰੀ ਤਰ੍ਹਾਂ ਠੀਕ ਨਾ ਹੋ ਜਾਵੇ। ਐਲੋਵੀਰਾ ਸਰੀਰ ਅੰਦਰ ਸ਼ੂਗਰ ਦੇ ਲੈਵਲ ਨੂੰ ਕੁਦਰਤੀ ਤਰੀਕੇ ਨਾਲ ਕੰਟਰੋਲ ਕਰਦਾ ਹੈ, ਨਾਲ ਹੀ ਸ਼ੂਗਰ ਦੇ ਲੈਵਲ ਨੂੰ ਖੂਨ ਅੰਦਰ ਘਟਣ ਵਧਣ ਨਹੀਂ ਦਿੰਦਾ, ਨੋਰਮਲ ਬਣਾਈ ਰੱਖਦਾ ਹੈ। ਸ਼ੂਗਰ ਚਾਹੇ ਇਨਸੂਲਿਨ ਦੀ ਗੜਬੜੀ ਦੇ ਕਾਰਨ ਹੋਵੇ ਜਾਂ ਚਾਹੇ ਕਿਸੇ ਹੋਰ ਕਾਰਨ ਕਰਕੇ ਹੋਵੇ, ਦੋਨਾਂ ਤਰ੍ਹਾਂ ਦੀ ਸ਼ੂਗਰ ਲਈ ਐਲੋਵੀਰਾ ਆਪਣੇ ਖਾਸ ਗੁਣਾਂ ਕਰਕੇ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਸ਼ੂਗਰ ਦੀ ਬਿਮਾਰੀ ਹੋਣ ਤੇ ਖੰਡ ਬਿਲਕੁਲ ਨਾ ਖਾਓ, ਤਲਿਆ ਹੋਇਆ ਬਹੁਤ ਜ਼ਿਆਦਾ ਤੇਲ ਵਾਲਾ, ਜ਼ਿਆਦਾ ਮਿਰਚ ਮਸਾਲੇ ਵਾਲਾ ਖਾਣਾ ਨਾ ਖਾਓ, ਕਰੇਲਾ ਅਤੇ ਜਾਮੁਨ ਜ਼ਿਆਦਾ ਮਾਤਰਾ ਵਿੱਚ ਖਾਓ। ਸੋ ਦੋਸਤੋ, ਜੇਕਰ ਤੁਸੀਂ ਵੀ ਸ਼ੂਗਰ ਦੀ ਬਿਮਾਰੀ ਤੋਂ ਪਰੇਸ਼ਾਨ, ਸ਼ੂਗਰ ਦੀ ਬਿਮਾਰੀ ਨੂੰ ਸੌਖੇ ਤਰੀਕੇ ਨਾਲ ਕੰਟਰੋਲ ਕਰਨਾ ਸਹੀ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡੇ ਦੱਸੇ ਹੋਏ ਘਰੇਲੂ ਨੁਸਖੇ ਦਾ ਘਰ ਬਣਾ ਕੇ ਇਸਤੇਮਾਲ ਕਰਨਾ ਸ਼ੁਰੂ ਕਰੋ ਤੇ ਸ਼ੂਗਰ ਦੀ ਬਿਮਾਰੀ ਨੂੰ ਜਲਦੀ ਤੋਂ ਜਲਦੀ ਕੰਟਰੋਲ ਕਰੋ। ਸਾਡੇ ਇਸ ਦੇਸੀ ਨੁਸਖੇ ਨਾਲ ਤੁਹਾਨੂੰ ਕੋਈ ਵੀ ਸਾਈਡ ਇਫੈਕਟ ਨੁਕਸਾਨ ਨਹੀਂ ਹੋਵੇਗਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਜਾਣਕਾਰੀ। ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।